ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਇਹ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਮੱਕੀ ਦਾ ਅਚਾਰ ਪੈ ਰਿਹਾ ਜੀ। ਇਹ ਵੀਡੀਓ ਆਪਾਂ ਕਿਸਾਨ ਭਰਾਵਾਂ ਲਈ ਇਸ ਲਈ ਲੈ ਕੇ ਆਏ ਹਾਂ ਤਾਂ ਜੋ ਜਿਹੜੇ ਕਿਸਾਨ ਵੀਰ ਆਪਣਾ ਗਾਵਾਂ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਨ ਜਾਂ ਫਿਰ ਨਵੇਂ ਮੁੰਡੇ ਜਿਹੜੇ ਆਪਣਾ ਡੈਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਨ, ਬਾਈ ਜੀ ਜਿਹਨੇ ਗਾਵਾਂ ਦਾ ਕੰਮ ਕਰਨਾ ਉਹਦਾ ਮੇਨ ਮੁੱਢ ਬੰਨਣਾ, ਤਾਂ ਮੁੱਢ ਬੰਨਣਾ ਉਹਨੂੰ ਕਹਿੰਦੇ ਆ ਵੀ ਆਪਣਾ ਪੂਰੇ ਸਾਲ ਦਾ ਰਾਸ਼ਨ ਆਪਣੇ ਕੋਲ ਜ਼ਰੂਰੀ ਹੈ ਹੋਣਾ। ਇਹ ਬਾਈ ਜੀ ਅਵੇਲੇਬਲ ਤਾਂ ਹੀ ਹੋਊਗਾ ਜੇ ਤੁਹਾਡੇ ਕੋਲ ਸੈਲੇਜ ਪਿਆ ਵਾ ਹੋਊਗਾ ਪੂਰੇ ਸਾਲ ਦਾ। ਤੁਹਾਨੂੰ ਸਾਲ ਦਾ ਮਤਲਬ 12 ਮਹੀਨੇ ਜਾਂ 13 14 ਮਹੀਨੇ ਦਾ ਘੱਟੋ ਘੱਟ ਤੁਹਾਡੇ ਪਾ ਅਚਾਰ ਹੋਣਾ ਜ਼ਰੂਰੀ ਹੈ, ਤਾਂ ਤੁਸੀਂ ਡੰਗਰਾਂ ਦੇ ਕੱਖ ਪੂਰੇ ਕਰ ਸਕਦੇ ਹਾਂ। ਨਹੀਂ ਬਾਈ ਜੀ, ਗਾਇਆਂ ਦੇ ਕੱਖ ਪੂਰੇ ਨਹੀਂ ਹੋਣੇ ਤੁਹਾਤੋਂ, ਗਾਇਆਂ ਦੇ ਪੱਠੇ ਪੂਰੇ ਕਰਨ ਲਈ ਤੁਹਾਨੂੰ ਅਚਾਰ ਪਾਉਣਾ ਹੀ ਪੈਣਾ। ਇਹ ਦੇਖੋ ਬਹੁਤ ਗੱਲਾਂ ਹੁੰਦੀਆਂ, ਬਹੁਤ ਮੂਹਰੇ ਆਉਂਦੀਆਂ ਸੁਣਨੇ ਨੂੰ, ਯੂਟਿਊਬ 'ਤੇ ਵੀ ਬਹੁਤ ਆਉਂਦੀਆਂ, ਸੋਸ਼ਲ ਮੀਡੀਆ 'ਤੇ ਹੋਰ ਵੀ ਬਹੁਤ ਪੇਜਸ ਵਗੈਰਾ ਫੇਸਬੁੱਕ 'ਤੇ ਵੀ ਆਉਂਦੀਆਂ ਵੀ ਅਚਾਰ ਵਾਲੇ ਦੁੱਧ 'ਤੇ ਸਮੈਲ ਆਉਂਦੀ ਹੈ ਜਾਂ ਕੁਛ ਵੀ ਆਉਂਦਾ, ਜਿਹੜੇ ਡੰਗਰ ਅਚਾਰ ਖਾਂਦੇ ਆ ਜਾਂ ਮਤਲਬ ਉਹਨਾਂ ਦੇ ਦੁੱਧ ਤੋਂ ਸਮੈਲ ਆਉਂਦੀ ਹੈ। ਬਾਈ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਜਿਹਨੇ ਅੱਗੇ ਵਧਣਾ ਉਹਨੂੰ ਅਚਾਰ ਪਾਉਣਾ ਹੀ ਪੈਣਾ। ਜਿਹਨੇ ਮਤਲਬ ਉਹੀ 5-7 ਡੰਗਰਾਂ ਦੀ 10 ਡੰਗਰਾਂ ਦੀ ਖੇਲ ਚਲਾਉਣੀ ਹੈ ਉਹ ਕੁਛ ਕਰ ਲਵੇ ਬਾਈ ਜੀ, ਉਹਦਾ ਚੱਲੀ ਜਾਣਾ ਕੰਮ। ਜਿਹਨੇ ਬਾਈ ਜੀ ਅੱਗੇ ਵਧਣਾ ਹੈ, 10-12 ਡੰਗਰਾਂ ਤੋਂ ਵੱਧ ਪਸ਼ੂ ਵਧਾਉਣੇ ਹੈ, ਉਹਨੂੰ ਅਚਾਰ ਹਰੇਕ ਹਾਲਤ 'ਚ ਪਾਉਣਾ ਹੀ ਪੈਣਾ, ਕਿਉਂਕਿ 10-15 ਡੰਗਰ ਜਦੋਂ ਹੋ ਜਾਂਦੇ ਆ, ਗਾਵਾਂ ਹੋ ਜਾਂਦੀਆਂ, ਬਾਈ ਜੀ ਉਹਦੇ ਆਪਾਂ ਨੂੰ ਪੱਠੇ ਵੱਢ ਕੇ ਪਾਉਣੇ ਬਹੁਤ ਹੀ ਮੁਸ਼ਕਿਲ ਹੈ। ਵੱਢ ਕੇ ਪੱਠੇ ਪਾਉਣੇ ਡੇਲੀ ਦੇ ਬਹੁਤ ਤੰਗੀ ਆਉਂਦੀ ਹੈ, ਲੇਬਰ ਦੀ ਪ੍ਰੋਬਲਮ ਬਹੁਤ ਹੁੰਦੀ ਹੈ, ਇੰਨੀ ਲੇਬਰ ਆਪਾਂ 'ਤੇ ਨਹੀਂ ਹੁੰਦੀ। ਬਾਕੀ ਤੁਸੀਂ ਅੰਦਾਜ਼ਾ ਲਗਾ ਲਿਓ, ਕਦੇ ਵੀ ਜਦ ਕੋਈ ਵੀ ਫਾਰਮ ਸਕਸੈਸਫੁੱਲ ਹੁੰਦਾ ਹੈ ਤੁਸੀਂ ਦੇਖਦੇ ਹੋ ਆਪਣੇ ਆਲੇ ਦੁਆਲੇ, ਤਾਂ ਉਸਦਾ ਮੁੱਢ ਹਮੇਸ਼ਾ ਹੀ ਸਾਇਲਜ ਹੁੰਦਾ ਹੈ। ਉਸ ਕੋਲ ਪੱਠੇ ਅਗਰ ਪੂਰੇ ਸਾਲ ਦੇ ਹੋਣਗੇ ਤਾਂ ਉਹ ਪੂਰੇ ਸਾਲ ਦਾ ਰਾਸ਼ਨ ਆਪਣੇ ਕੋਲ ਰੱਖਿਆ ਹੋਇਆ ਹੋਊਗਾ, ਤਾਂ ਉਹ ਆਪਣੀਆਂ ਗਾਵਾਂ ਨੂੰ ਪਾਉਣ ਜੋਗਾ ਪੱਟ ਕੇ ਬਾਈ ਜੀ। ਉਹ ਇੱਕ ਹੋਰ, ਇਹ ਜਿਹੜਾ ਅਚਾਰ ਹੈ ਨਾ ਸਾਇਲਜ ਹੈ ਜਿਹੜਾ ਮੱਕੀ ਦਾ, ਅਗਰ ਇਹਦੇ ਵਿੱਚ ਦਾਣਾ ਵਧੀਆ ਕੰਡੀਸ਼ਨ 'ਚ ਬਣਿਆ ਹੋਇਆ ਬਾਈ ਜੀ, ਇਹ ਇੱਕ ਸੰਤੁਲਿਤ ਭੋਜਨ ਵਾਂਗ ਕੰਮ ਕਰਦਾ ਹੈ ਗਾਵਾਂ ਲਈ। ਇਸ ਦਾ ਨੁਕਸਾਨ ਕੋਈ ਨਹੀਂ ਹੈਗਾ ਗਾਵਾਂ ਨੂੰ, ਇਸ ਦੇ ਫਾਇਦੇ ਹੀ ਫਾਇਦੇ ਨੇ। ਇੰਨਾ ਅੰਦਾਜ਼ਾ ਕਿਵੇਂ ਪਤਾ ਲੱਗੂਗਾ ਵੀ ਆਪਣਾ ਸਾਲ ਪੂਰਾ ਲੰਘ ਜਾਵੇਗਾ ਜਾਂ ਨਹੀਂ? ਜੇਕਰ ਤੁਸੀਂ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਬਾਈ ਜੀ, ਫਿਰ ਤਾਂ ਤੁਹਾਨੂੰ ਅੰਦਾਜ਼ਾ ਸਿੱਧਾ ਹੀ ਹਿਸਾਬ ਹੈ, ਇੱਕ ਪਸ਼ੂ ਮਗਰ 1 ਕਿੱਲਾ ਮੱਕੀ ਦਾ ਅਚਾਰ ਹੋਣਾ ਜ਼ਰੂਰੀ ਹੈ ਬਾਈ ਜੀ। ਜਿਵੇਂ ਮਤਲਬ ਆਪਾਂ ਸ਼ੁਰੂ ਕਰਨ 1-2 ਪਸ਼ੂਆਂ ਤੋਂ ਹੀ ਸ਼ੁਰੂ ਕਰਦਾ ਬੰਦਾ ਜਿਹੜਾ, ਮਤਲਬ ਜੇ ਤੁਸੀਂ 5 ਗਾਵਾਂ ਤੋਂ ਸ਼ੁਰੂ ਕੀਤਾ ਹੈ ਤਾਂ ਤੁਹਾਡੇ ਕੋਲ 5 ਕਿੱਲਿਆਂ ਦਾ ਅਚਾਰ ਹੋਣਾ ਜ਼ਰੂਰੀ ਹੈ। 5 ਕਿੱਲਿਆਂ ਦੀ ਮੱਕੀ ਦਾ ਤੁਸੀਂ ਅਚਾਰ ਪਾ ਦਿਓ, ਤੁਹਾਡੇ 5 ਡੰਗਰਾਂ ਦਾ ਪੂਰਾ ਸਾਲ ਦਾ ਰਾਸ਼ਨ ਇਕੱਠਾ ਹੋ ਜਾਵੇਗਾ। ਵਿੱਚ ਤੂੜੀ ਰਲਾ ਕੇ ਪਾਈ ਜਾਓ, ਤੁਹਾਡੇ 1-2 ਮਹੀਨੇ ਵੱਧ ਲੰਘ ਜਾਣਗੇ ਬਾਈ ਜੀ। ਹੁਣ ਕਈ ਬੰਦੇ ਬਹੁਤ ਸਿਆਣੇ ਬਣਦੇ ਆ, ਉਹ ਕਹੀ ਜਾਂਦੇ ਆ ਵੀ ਇਹ ਨਵੀਂ ਪਨੀਰੀ ਨੇ ਪੱਠੇ ਵੱਢ ਨਹੀਂ ਹੁੰਦੇ, ਨਵੀਂ ਪਨੀਰੀ ਦੇ ਵੀ ਕੱਖ ਨਹੀਂ ਵੱਢ ਹੁੰਦੇ ਹੁਣ ਡੰਗਰਾਂ ਵਾਸਤੇ, ਵੀ ਆਪਣੇ ਪਸ਼ੂਆਂ ਲਈ ਇਹਨਾਂ ਨੇ ਸੌਖਾ ਤਰੀਕਾ ਕਰ ਲਿਆ ਵੀ ਅਚਾਰ ਪਾ ਲਓ, ਵੀ ਇੱਕ ਵਾਰ 'ਚ ਕੰਮ ਕਰਕੇ ਇਕੱਠਾ ਹੁਣ ਰੋਜ਼ ਪੱਟ ਪੱਟ ਕੇ ਹੌਲੀ ਹੌਲੀ ਪਾਈ ਜਾਓ। ਬਾਈ ਜੀ ਅਚਾਰ ਪਾਉਣਾ ਵੀ ਕਿਤੇ ਸੌਖੀ ਖੇਲ ਨਹੀਂ ਹੈਗੀ, ਹਰੇਕ ਦੇ ਬਸ ਦਾ ਰੋਗ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਦਿੰਦੇ ਆ। ਮੂੰਹ ਲਾਉਣੇ ਨੂੰ ਜ਼ੋਰ ਨਹੀਂ ਲੱਗਦਾ ਹੈਗਾ, ਮੂੰਹ ਲਾਉਣੇ ਨੂੰ ਕਿਆ ਲੱਗਦਾ, ਕਹਿਣਾ ਹੀ ਹੈ ਵੀ ਹਾਂ ਇਹਨਾਂ ਨੇ ਸੌਖਾ ਕਰ ਲਿਆ। ਇਹ ਨਵੀਂ ਪਨੀਰੀ ਦਾ ਨਹੀਂ ਹੈਗਾ ਬਾਈ ਜੀ, ਇਹ ਤੁਸੀਂ ਬਾਹਰਲੇ ਦੇਸ਼ਾਂ 'ਚ ਵੀ ਦੇਖ ਸਕਦੇ ਹੋ, ਜਿਹਦੇ ਕੋਲ ਜ਼ਿਆਦਾ ਕੁਆਂਟਿਟੀ 'ਚ ਡੰਗਰ ਆ ਬਾਈ ਜੀ ਉਹਦਾ ਸੈਲਜ ਹੀ ਕੰਮ ਕਰਦਾ। ਪਰ ਜ਼ਿਆਦਾ ਕੁਆਲਿਟੀ ਕਿਆ ਬਾਈ ਜੀ, ਗਾਵਾਂ ਨੂੰ ਤਾਂ ਮੇਨ ਸੈਲਜ ਹੀ ਹੈ। ਇਹ ਤੁਸੀਂ ਕਿਸੇ ਵੀ ਬੜੇ ਫਾਰਮਰ ਤੋਂ, ਜਿਹੜਾ ਸਕਸੈਸਫੁੱਲ ਫਾਰਮ ਹੈ, ਜੇ ਕਿਤੇ ਵੀ ਤੁਹਾਡੇ ਨੇੜੇ ਤੇੜੇ ਹੋਊਗਾ ਹੀ, ਕੋਈ ਜਾਣ ਪਛਾਣ ਹੋਊਗਾ, ਕੋਈ ਰਿਸ਼ਤੇਦਾਰ ਹੋਊਗਾ, ਤੁਸੀਂ ਜਿਹਨੇ ਵੱਧ ਗਾਵਾਂ ਰੱਖੀਆਂ ਹੋਣ, ਜ਼ਰੂਰੀ ਨਹੀਂ ਬੜੇ ਬੜੇ ਸ਼ੈੱਡਾਂ ਵਾਲਿਆਂ ਤੋਂ ਹੀ ਪੁੱਛਣਾ ਵੀ ਹਾਂ ਬਹੁਤ ਬੜਾ ਸ਼ੈੱਡ ਆ, ਤਾਂ ਉਹ 'ਤੇ ਹੀ ਪਤਾ ਲੱਗੂਗਾ। ਛੋਟੇ ਮੋਟੇ ਸ਼ੈੱਡਾਂ 'ਚ ਵੀ ਗਾਵਾਂ ਚੰਗੀਆਂ ਰੱਖੀਆਂ ਹੋਈਆਂ ਲੋਕਾਂ ਨੇ, ਉਹਨਾਂ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ, ਹਰੇਕ ਸਾਲ ਸੈਲਜ ਪੂਰਾ ਪਾਉਣੇ ਆ ਬਾਈ ਜੀ, ਉਹਨਾਂ ਤੋਂ ਤੁਹਾਨੂੰ ਸੈਲਜ ਦੀ ਮਹੱਤਤਾ ਦਾ ਪਤਾ ਲੱਗ ਜਾਏਗਾ ਵੀ ਡੰਗਰ ਲਈ ਕੀ ਜ਼ਰੂਰੀ ਹੈ। ਇਹਦੇ ਵਿੱਚ ਤੱਤ, ਇਹਦੇ ਵਿੱਚ ਸਾਰੇ ਤੱਤ ਹਨ ਜਿਹੜੇ ਇੱਕ ਪਸ਼ੂ ਨੂੰ ਚਾਹੀਦੇ ਆ।
ਦੁੱਧ ਦੇਣ ਲਈ। ਇਹ ਦੁੱਧਧਾਰੂ ਪਸ਼ੂਆਂ ਨੂੰ ਬਹੁਤ ਹੀ ਲਾਹੇਵੰਦ ਆ ਬਾਈ ਜੀ। ਬਾਕੀ ਜੇ ਆਪਾਂ ਗੱਲ ਕਰੀਏ ਕੰਮਕਾਰ ਦੀ, ਜਿਹੜਾ ਇਹ ਗਾਵਾਂ ਦਾ ਧੰਦਾ ਹੈ ਬਾਈ ਜੀ, ਜੇ ਇਸ ਕੰਮਕਾਰ ਦੀ ਆਪਾਂ ਗੱਲ ਕਰੀਏ ਤਾਂ ਇਹ ਅੱਜ ਦੇ ਟਾਈਮ ਵਿੱਚ ਬਹੁਤ ਹੀ ਵਧੀਆ ਹੈ। ਮਤਲਬ ਜਿਹੜਾ ਦੁੱਧ ਹੈ, ਦੁੱਧ ਦੀ ਡਿਮਾਂਡ ਵੱਧਦੀ ਜਾ ਰਹੀ ਹੈ ਦਿਨ ਪਰ ਦਿਨ, ਅਤੇ ਦੁੱਧ ਦੀ ਪੂਰਤੀ ਨਹੀਂ ਹੋ ਰਹੀ। ਨਕਲੀ ਦੁੱਧ ਜਿਹੜਾ ਬਣ ਰਿਹਾ ਹੈ ਆਪਾਂ ਉਸ 'ਤੇ ਠੱਲ ਤਾਂ ਨਹੀਂ ਪਾ ਸਕਦੇ, ਪਰ ਆਪਾਂ ਅਸਲੀ ਦੁੱਧ ਤਾਂ ਲੋਕਾਂ ਨੂੰ ਪ੍ਰੋਵਾਈਡ ਕਰ ਹੀ ਸਕਦੇ ਹਾਂ ਨਾ, ਪੈਦਾ ਤਾਂ ਕਰ ਹੀ ਸਕਦੇ ਹਾਂ। ਅੰਨਦਾਤਾ ਕਹਿੰਦੀ ਹੈ ਦੁਨੀਆ ਆਪਾਂ ਨੂੰ, ਆਪਾਂ ਅੰਨਦਾਤਾ ਤਾਂ ਹੀ ਬਣਾਂਗੇ ਜੇਕਰ ਅੰਨ ਆਪਾਂ ਪੈਦਾ ਕਰਾਂਗੇ। ਆਪਾਂ ਜੇ ਅਸਲੀ ਦੁੱਧ ਪੈਦਾ ਕਰਾਂਗੇ, ਆਪਾਂ ਇਹ ਸੋਚ ਕੇ ਵੀ ਹਾਂ ਨਕਲੀ ਦੁੱਧ ਮਾਰਕੀਟ 'ਚ ਆ ਰਿਹਾ ਹੈ ਵੀ ਆਪਾਂ ਅਸਲੀ ਦੁੱਧ ਵੀ ਬਣਾਉਣੋਂ ਹਟ ਜਾਈਏ, ਫਿਰ ਤਾਂ ਕੋਈ ਫਾਇਦਾ ਨਹੀਂ ਹੋਣਾ ਯਾਰ। ਆਪਾਂ ਆਪਣਾ ਕੰਮ ਤਾਂ ਸਹੀ ਢੰਗ ਨਾਲ ਕਰੀਏ, ਉਹ ਸਰਕਾਰਾਂ ਦਾ ਕੰਮ ਹੈ ਜਿਹੜਾ ਨਕਲੀ ਦੁੱਧ ਫੜਨਾ ਜਾਂ ਉਹਨਾਂ 'ਤੇ ਠੱਲ ਪਾਉਣੀ, ਇਹ ਆਪਣਾ ਕੰਮ ਨਹੀਂ ਹੈਗਾ। ਆਪਾਂ ਤਾਂ ਇਹ ਪੋਸੀਬਲ ਵੀ ਨਹੀਂ, ਆਪਾਂ ਕੁਛ ਕਰ ਵੀ ਨਹੀਂ ਸਕਦੇ ਇਹਦੇ ਵਿੱਚ। ਇਹ ਦੇਖੋ ਜਿਹੜਾ ਆਪਾਂ ਅਸਲੀ ਦੁੱਧ ਪੈਦਾ ਤਾਂ ਕਰ ਹੀ ਸਕਦੇ ਹਾਂ, ਡਿਮਾਂਡ ਦੁੱਧ ਦੀ ਹੈ ਮੇਨ, ਜਿਹੜਾ ਬਿਜ਼ਨਸ ਉਹੀ ਚੱਲਦਾ ਜਿਹੜੇ ਦੀ ਡਿਮਾਂਡ ਹੋਵੇ ਜਿਹੜੇ ਪ੍ਰੋਡਕਟ ਦੀ। ਹੁਣ ਦੁੱਧ ਦੀ ਡਿਮਾਂਡ ਹੈ, ਗਾਵਾਂ ਦੁੱਧ ਦਿੰਦੀਆਂ, ਆਪਾਂ ਨੂੰ ਗਾਵਾਂ ਰੱਖਣੀਆਂ ਆਪਾਂ ਨੂੰ ਸ਼ੁਰੂ ਤੋਂ ਹੀ ਆਉਣੀਆਂ, ਇਹ ਆਪਾਂ ਕੰਮ ਆਪਣੇ ਲਈ ਬਹੁਤ ਹੀ ਵਧੀਆ ਹੈ। ਅਤੇ ਚਲੋ ਹੁਣ ਆਉਂਦੇ ਹਾਂ ਆਪਾਂ ਆਪਣੇ ਅਸਲੀ ਮੁੱਦੇ 'ਤੇ। ਜਿਹੜਾ ਮਕਸਦ ਸੀਗਾ ਅੱਜ ਦੀ ਵੀਡੀਓ ਬਣਾਉਣ ਦਾ, ਉਹ ਮੇਨ ਮਕਸਦ ਸੀਗਾ ਅਚਾਰ ਦਾ। ਜਿਹੜਾ ਆਪਣਾ ਡੇਅਰੀ ਫਾਰਮ ਹੈ ਉਹਦੇ ਲਈ ਅਚਾਰ ਬਹੁਤ ਹੀ ਜ਼ਰੂਰੀ ਹੈ। ਇਹ ਦੇਖੋ ਅਚਾਰ ਪਾਉਣ ਦਾ ਢੰਗ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਵੀ ਆਪਾਂ ਨੇ ਅਚਾਰ ਕਿਵੇਂ ਪਾਉਣਾ ਤਾਂ ਜੋ ਆਪਣਾ ਅਚਾਰ ਖਰਾਬ ਨਾ ਹੋਵੇ, ਸਮੈਲ ਨਾ ਆਵੇ ਅਚਾਰ ਵਿੱਚੋਂ, ਅਤੇ ਉੱਲੀ ਤੋਂ ਰਹਿਤ ਆਪਣਾ ਅਚਾਰ ਵਧੀਆ ਬਣ ਸਕੇ। ਚੰਗੀ ਤਰ੍ਹਾਂ ਲਤੜਾਈ ਕਰਨੀ ਹੈ, ਦੇਖੋ ਇਹ ਮਸ਼ੀਨ ਟੁੱਕ ਰਹੀ ਹੈ, ਨਾਲ ਦੀ ਨਾਲ ਟਰੈਕਟਰ ਆਪਾਂ ਨੇ ਚਲਾ ਕੇ ਰੱਖਣਾ, ਨਾਲ ਦੀ ਨਾਲ ਉਹਨੂੰ ਦੱਬੀ ਜਾਣਾ ਜਿੰਨਾ ਟੋਕਾ ਹੋਇਆ, ਟਰੈਕਟਰ ਨਹੀਂ ਬੰਦ ਕਰਨਾ ਉਨਾ ਚਿਰ ਜਿੰਨਾ ਚਿਰ ਟੋਕਾ ਹੋਈ ਗਿਆ। ਆਪਾਂ ਨੇ ਨਾਲ ਦੀ ਨਾਲ ਉਹਨੂੰ ਦੱਬੀ ਜਾਣਾ, ਤੋਈ ਜਾਣਾ, ਤੋਈ ਹੋ ਜਾਣਾ ਬਸ। ਜਿੰਨਾ ਵੱਧ ਤੋਂ ਵੱਧ ਤੁਸੀਂ ਤੋ ਦੂੰਗੇ ਇਹਨੂੰ, ਉਨਾ ਤੁਹਾਡਾ ਅਚਾਰ ਵਧੀਆ ਬਣੂਗਾ। ਇਹ 45 ਦਿਨ ਵਿੱਚ ਤਕਰੀਬਨ ਬਣ ਕੇ ਤਿਆਰ ਹੋ ਜਾਂਦਾ ਆਪਾਂ ਨੂੰ ਪਾਉਣ ਲਈ ਗਾਵਾਂ ਨੂੰ। ਇਹ ਤੁਸੀਂ ਦੇਖੋ ਆਪਾਂ ਨੇ ਜਿੰਨਾ 2-3 ਦਿਨ ਆਪਣੇ ਮਸ਼ੀਨ ਚੱਲੀ, ਆਪਾਂ ਨੇ 2-3 ਦਿਨ ਲਗਾਤਾਰ ਟਰੈਕਟਰ ਉੱਪਰੋਂ ਤਾਰਿਆ ਨਹੀਂ ਹੈਗਾ, ਉਸ ਤੋਂ ਬਾਅਦ ਵੀ 10-12 ਘੰਟੇ ਟਰੈਕਟਰ ਨਾਲ ਤੋਈ ਗਏ ਹਾਂ। ਮਤਲਬ ਲਾਗਾਂ ਤੋਂ ਮੋੜ ਮੋੜ ਕੇ ਉੱਪਰ ਨੂੰ ਸਿੱਟੀ ਗਏ, ਫਿਰ ਤੋਈ ਗਏ। ਇੱਕ ਹੋਰ ਤੁਸੀਂ, ਮੈਂ ਥੋੜ੍ਹੀ ਜਿਹੀ ਗਲਤੀ ਕਰ ਗਿਆ, ਚਲੋ ਬੰਦਾ ਗਲਤੀਆਂ ਦਾ ਪੁਤਲਾ ਸਿੱਖਦਾ, ਹੁਣ ਮੈਂ ਅਗਲੀ ਵਾਰ ਸਿੱਖ ਗਿਆ। ਇਹ ਜਿਹੜਾ ਟੋਏ ਦੀ ਮਿੱਟੀ ਹੈ ਨਾ ਆਪਣੀ, ਮਤਲਬ ਪੱਕੇ ਟੋਏ ਵੀ ਹੁੰਦੇ ਹੈ, ਜਿਹੜੀ ਮੇਰੀਆਂ ਮਿੱਟੀ ਵਾਲੀਆਂ ਡੌਲਾਂ ਹੈ, ਜਿੰਨੀ ਮਿੱਟੀ ਹੈ ਮਿੱਟੀ ਤੋਂ 1/2 ਫੁੱਟ ਜਾਂ ਫੁੱਟੇ ਉੱਪਰ ਚੱਕਿਓ ਟੋਕਾ। ਹੁਣ ਮੈਂ 2-2.5 ਫੁੱਟ ਟੋਕਾ ਉੱਤੇ ਚੱਕ ਲਏ ਗਿਆ ਇਸ ਟੋਏ ਦਾ। ਇਹ ਫਿਰ ਮੇਰਾ ਸਾਈਡਾਂ ਤੋਂ ਥੋੜ੍ਹਾ ਜਿਹਾ ਖਰਾਬ ਹੋਇਆ ਅਚਾਰ ਇਸ ਵਾਰੀ, ਪਰ ਹੁਣ ਅਗਲੀ ਵਾਰ ਮੈਂ ਇਹ ਗਲਤੀ ਨਹੀਂ ਕਰੂੰਗਾ। ਅਗਲੀ ਵਾਰੀ ਹੁਣ ਮੈਂ ਜਿੰਨੀ ਮਿੱਟੀ ਲੱਗੀ ਹੋਈ ਹੋਈ ਡੌਲ ਦੇ ਲਾਗਾਂ 'ਤੇ ਮੇਰੀ, ਉਸ ਤੋਂ ਮੈਂ 1/2 ਫੁੱਟ ਜਾਂ ਫੁੱਟ ਉੱਤੇ ਚੱਕੂੰਗਾ ਟੋਕਾ। ਜਿਹੜਾ ਟੋਕੇ ਦਾ ਢੇਰ ਹੈ ਜਿੱਥੇ ਟਰੈਕਟਰ ਚੱਲ ਰਿਹਾ, ਇਹਦੀ ਹਾਈਟ ਨਹੀਂ ਆਪਾਂ ਨੇ ਬਹੁਤੀ ਚੱਕਣੀ, ਇਹ ਤੁਸੀਂ ਗੌਰ ਰੱਖਿਓ, ਨਹੀਂ ਸਾਈਡਾਂ 'ਤੇ ਨਾ ਅਚਾਰ ਖਰਾਬ ਹੋ ਜਾਂਦਾ ਬਾਈ ਜੀ। ਹੁਣ ਇਹ ਦੇਖੋ ਆਪਾਂ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪਾਉਣਾ ਇਹ। ਦੇਖੋ ਹੁਣ ਤੋ ਕੇ ਨਾ, ਜਿੰਨਾ ਵੀ ਤੋ ਹੋ ਗਿਆ ਉਨਾ ਹੀ ਆਪਣਾ ਫਾਇਦਾ, ਉਨਾ ਹੀ ਵਧੀਆ ਨਿਕਲੂਗਾ, ਸੁੱਕਾ ਨਿਕਲੂਗਾ ਅਚਾਰ। ਉਹ ਦੂਜਾ ਤੁਸੀਂ ਟੋਆ ਦੇਖ ਸਕਦੇ ਹੋ, ਵਾਢਾ ਲੱਗਿਆ ਹੋਇਆ ਜਿਹੜੇ ਨੂੰ, ਉਹ ਵੀ ਇੱਦਾਂ ਹੀ ਪਾਇਆ ਹੋਇਆ ਸੀਗਾ ਟੋਆ। ਉਹ ਇਸ ਨੂੰ ਚੰਗੀ ਤਰ੍ਹਾਂ ਲੱਤੜ ਕੇ ਆਪਾਂ ਨੇ ਬਾਅਦ ਵਿੱਚ ਇਸ 'ਤੇ ਤਰਪਾਲ ਪਾਉਣੀ ਹੈ, ਲਿਆ ਕੇ ਕਾਗਜ਼ ਪਲਾਸਟਿਕ ਦਾ, ਉਹ 'ਤੇ ਪਾ ਕੇ ਆਪਾਂ ਨੇ ਚੰਗੀ ਤਰ੍ਹਾਂ ਸਾਈਡਾਂ 'ਤੇ ਦੱਬ ਕੇ ਮਿੱਟੀ ਨਾਲ, ਉੱਤੋਂ ਵੀ ਆਪਾਂ ਨੇ ਮਿੱਟੀ ਨਾਲ ਚੰਗੀ ਤਰ੍ਹਾਂ ਢੱਕਣਾ ਤਾਂ ਜੋ ਧੁੱਪ ਔਰ ਮੀਂਹ ਨਾਲ ਉਹ ਖਰਾਬ ਨਾ ਹੋ ਸਕੇ। ਇਹ ਪਾਣੀ ਔਰ ਹਵਾ ਤੋਂ ਬਚਾਉਣਾ ਪੈਂਦਾ ਟੋਆ, ਜੇ ਅਗਰ ਆਪਾਂ ਪਾਣੀ ਔਰ ਹਵਾ ਤੋਂ ਬਚਾ ਗਏ ਤਾਂ ਆਪਣੇ ਅਚਾਰ ਨੂੰ ਉੱਲੀ ਨਹੀਂ ਪਵੇਗੀ ਅਤੇ ਆਪਣਾ ਅਚਾਰ ਵਧੀਆ ਨਿਕਲੇਗਾ ਬਾਈ ਜੀ। ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਾਰਿਆਂ ਦਾ। ਬਾਕੀ ਜਿਹੜੇ ਬੰਦੇ ਨਵੇਂ ਜੁੜਨ ਲੱਗੇ ਆ ਆਪਣੇ ਨਾਲ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅੱਗੇ ਆਪਾਂ ਤੁਹਾਨੂੰ ਆਪਣੇ ਫਾਰਮ ਦੀਆਂ ਸ਼ੈੱਡ ਦੀਆਂ, ਬੜਾ ਸ਼ੈੱਡ ਉਸ ਦੀਆਂ ਆਪਾਂ ਵੀਡੀਓ ਪਾਉਂਦੇ ਰਹਾਂਗੇ ਅਤੇ ਤੁਹਾਨੂੰ ਨਵੀਂ ਨਵੀਂ ਜਾਣਕਾਰੀਆਂ ਦਿੰਦੇ ਰਹਾਂਗੇ। ਜਿੰਨਾ ਵੀ ਆਪਾਂ ਨੂੰ ਪਤਾ ਹੋਇਆ ਬਾਈ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ।
ਸੋ ਧੰਨਵਾਦ ਬਾਈ ਜੀ ਦੁਬਾਰੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ, ਮਿਹਰਬਾਨੀ ਭਰਾਵੋ।